ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਅੱਜ 97ਵਾਂ ਜਨਮ ਦਿਨ ਹੈ ਤੇ ਗੁਜਰਾਲ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਜ਼ਮੀਨ ਤੋਂ ਉੱਠ ਕੇ ਅਰਸ਼ਾਂ ਤੱਕ ਬੁਲੰਦੀਆਂ ਹਾਸਲ ਕੀਤੀਆਂ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਦੇ ਵਜੋਂ ਸੇਵਾ ਨਿਭਾਈ ਉਹਨਾਂ ਦੇਸ਼ ਅਤੇ ਪੰਜਾਬ ਹਿੱਤ ਦੇ ਲਈ ਕਈ ਅਹਿਮ ਫੈਸਲੇ ਕੀਤੇ ਪੰਜਾਬੀ ਹੋਣ ਕਰਕੇ ਪੰਜਾਬ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਹੀ ਖਾਸ ਥਾਂ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਪੰਜਾਬ ਤੇ ਦੇਸ਼ ਦੇ ਵੱਲੋਂ PDC ਨਿਊਜ਼ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹੈ ਚਾਰ ਦਸੰਬਰ ਇੱਕ ਅਜਿਹੇ ਸ਼ਖਸ ਦਾ ਜਨਮ ਦਿਨ ਹੈ ਜਿਸ ਦਾ ਪੰਜਾਬ ਹਮੇਸ਼ਾ ਕਰਜ਼ਦਾਰ ਰਹੇਗਾ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਸਨ ਇੰਦਰ ਕੁਮਾਰ ਗੁਜਰਾਲ ਇੱਕ ਪੰਜਾਬੀ ਤੇ ਪੰਜਾਬ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਬੇਸ਼ੱਕ ਇੰਦਰ ਕੁਮਾਰ ਗੁਜਰਾਲ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਇਹ ਦੇਸ਼ ਹਮੇਸ਼ਾ ਉਹਨਾਂ ਦਾ ਕਰਜ਼ਦਾਰ ਰਹੇਗਾ ਗੁਜਰਾਲ ਸਾਹਿਬ ਨੇ ਮੁਲਕ ਲਈ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਦੇ ਦੂਰਗਾਮੀ ਸਿੱਟੇ ਨਿਕਲੇ ਗੁਜਰਾਲ ਸਾਹਿਬ ਆਜ਼ਾਦੀ ਲਈ ਜੰਗ ਲੜ ਰਹੇ ਪਰਿਵਾਰ ਚੋਂ ਸਨ ਦੇਸ਼ ਭਗਤੀ ਤੇ ਮੁਲਕ ਲਈ ਸੇਵਾ ਉਹਨਾਂ ਦੇ ਖੂਨ 'ਚ ਸੀ 4 ਦਸੰਬਰ 1919 ਨੂੰ ਪਾਕਿਸਤਾਨ ਦੇ ਜੇਲਮ 'ਚ ਉਹਨਾਂ ਦਾ ਜਨਮ ਹੋਇਆ ਗੁਜਰਾਲ ਸਾਹਿਬ ਆਜ਼ਾਦੀ ਦੀ ਲੜਾਈ ਨੂੰ ਬਚਪਨ ਤੋਂ ਦੇਖ ਰਹੇ ਸਨ ਉਹਨਾਂ ਦੇ ਵੱਡੇ ਭੈਣ ਭਰਾ ਇਸ ਸੰਘਰਸ਼ ਦੇ ਵਿੱਚ ਜੀ ਜਾਨ ਨਾਲ ਜੁਟੇ ਹੋਏ ਸਨ ਜਦੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਗੁਜਰਾਲ ਸਾਹਿਬ ਵੀ ਜੇਲ੍ਹ ਗਏ ਗੁਜਰਾਲ ਸਾਹਿਬ ਨੇ ਮੁੱਢਲੀ ਸਕੂਲੀ ਸਿੱਖਿਆ ਜੇਲਮ ਤੋਂ ਹੀ ਹਾਸਲ ਕੀਤੀ ਤੇ ਗ੍ਰੈਜੂਏਸ਼ਨ ਹੈਲੇ ਕਾਲਜ ਆਫ ਕਮਰਸ ਤੋਂ 26 ਜਨਵਰੀ 1945 'ਚ ਗੁਜਰਾਲ ਸਾਹਿਬ ਦਾ ਵਿਆਹ ਹੋਇਆ ਕਵਿਤਰੀ ਸ਼ੀਲਾ ਪਸੀਨ ਨਾਲ ਉਹਨਾਂ ਦਾ ਸਿਆਸੀ ਸਫ਼ਰ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਹੋ ਗਿਆ ਜਿੱਥੇ ਉਹ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਬਣੇ ਤੇ ਫਿਰ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਰਹੇ 1947 ਤੋਂ ਬਾਅਦ ਗੁਜਰਾਲ ਪਰਿਵਾਰ ਜਲੰਧਰ ਆ ਗਿਆ 1976 ਤੋਂ 1980 ਤੱਕ ਉਹ ਸੋਵੀਅਤ ਸੰਘ ਦੇ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾ ਨਿਭਾਉਂਦੇ ਰਹੇ ਇਸੇ ਸਾਲ ਗੁਜਰਾਲ ਸਾਹਿਬ ਕਾਂਗਰਸ ਨੂੰ ਛੱਡ ਕੇ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ 1999 'ਚ ਉਹ ਜਲੰਧਰ ਤੋਂ ਲੋਕ ਸਭਾ ਲਈ ਚੁਣੇ ਗਏ ਤੇ VP ਸਿੰਘ ਕੈਬਨਿਟ ਦੇ ਵਿੱਚ ਵਿਦੇਸ਼ ਮੰਤਰੀ ਬਣੇ ਆਪਣੇ ਲੰਬੇ ਸਿਆਸੀ ਸਫ਼ਰ 'ਚ ਉਹਨਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਤੇ ਵਿੱਤ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ ਫਿਰ ਦਿਨ ਆਇਆ 21 ਅਪ੍ਰੈਲ 1997 ਦਾ ਜਦੋਂ ਇੰਦਰ ਕੁਮਾਰ ਗੁਜਰਾਲ ਨੂੰ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੁਭਾਗ ਹਾਸਲ ਹੋਇਆ ਇਸੇ ਸਮੇਂ ਉਹਨਾਂ ਨੇ ਪੰਜਾਬ ਦੇ ਸਿਰ ਅੱਤਵਾਦ ਵੇਲੇ ਚੜ੍ਹਿਆ ਕਰਜ਼ਾ ਮਾਫ਼ ਕਰ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਲਈ ਆਪਣਾ ਕਰਜ਼ਦਾਰ ਬਣਾ ਲਿਆ ਗੁਜਰਾਲ ਸਾਹਿਬ ਦੀ ਵਿਦੇਸ਼ ਨੀਤੀ ਦੇ ਮਾਹਿਰ ਵੀ ਕਾਇਲ ਰਹੇ ਭਾਵਨਾਤਮਕ ਤੌਰ ਤੇ ਵੀ ਗੁਜਰਾਲ ਸਾਹਿਬ ਪੰਜਾਬ ਨਾਲ ਜੁੜੇ ਰਹੇ ਤੇ ਇਹ ਮਾਣ ਵੀ ਉਹਨਾਂ ਨੂੰ ਹਮੇਸ਼ਾ ਮਹਿਸੂਸ ਹੁੰਦਾ ਰਿਹਾ ਮੈਨੂੰ ਆਪਣੇ ਪੰਜਾਬੀ ਹੋਣੇ ਵਿੱਚ ਬੜਾ ਗੌਰਵ ਹੈ ਗੁਜਰਾਲ ਸਾਹਿਬ ਦੇ ਲੰਬੇ ਸਿਆਸੀ ਸਫ਼ਰ ਤੇ ਅਨੁਭਵ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗੁਜਰਾਲ ਸਾਹਿਬ ਦੇ ਦੋ ਬੱਚਿਆਂ 'ਚੋਂ ਨਰੇਸ਼ ਗੁਜਰਾਲ ਹੀ ਸਰਗਰਮ ਸਿਆਸਤ 'ਚ ਨੇ ਗੁਜਰਾਲ ਸਾਹਿਬ ਜ਼ਿੰਦਾ ਦਿਲ ਇਨਸਾਨ ਸਨ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸਨ 1999 'ਚ ਖਰਾਬ ਸਿਹਤ ਦੇ ਚੱਲਦਿਆਂ ਉਹਨਾਂ ਨੇ ਸਿਆਸਤ ਤੋਂ ਖੁਦ ਸੰਨਿਆਸ ਲੈ ਲਿਆ ਫਿਰ 3 ਨਵੰਬਰ 2012 ਦਾ ਉਹ ਮੰਦਭਾਗਾ ਦਿਨ ਆਇਆ ਜਦੋਂ ਇਸ ਮਹਾਨ ਆਤਮਾ ਨੂੰ ਸਾਡੇ ਤੋਂ ਵਿਛੜਨਾ ਪਿਆ 4 ਦਸੰਬਰ ਗੁਜਰਾਲ ਸਾਹਿਬ ਦਾ ਜਨਮ ਦਿਨ ਹੈ ਤੇ ਪੂਰਾ ਦੇਸ਼ ਪੂਰਾ ਪੰਜਾਬ ਗੁਜਰਾਲ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਬਿਊਰੋ ਰਿਪੋਰਟ PTC ਨਿਊਜ਼